ਸਰਵਣ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਹਰਿਆਣੇ ਦੇ ਬਾਡਰਾਂ ਤੇ ਅੰਦੋਲਨ ਚੱਲਦੇ ਨੂੰ 110 ਦਿਨ ਹੋ ਗਏ ਹਰਿਆਣੇ ਦੇ ਬਾਡਰਾਂ ਤੇ ਕਿਉਂ ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਨੇ ਸਾਨੂੰ ਦਿੱਲੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਪ੍ਰਦਰਸ਼ਨ ਕਰਦਾ ਹੱਕ ਨਹੀਂ ਦਿੱਤਾ ਔਰ ਸਾਨੂੰ ਰੋਕਣ ਲਈ ਲਗਭਗ 34 نیشنل ਹਾਈਵੇ ਪੰਜਾਬ ਦੇ ਉਹਨਾਂ ਤੇ ਦਿਵਾਰਾਂ ਕੱਡੀਆਂ ਹੋਈਆਂ ਵਾਂ ਔਰ ਕਿੱਲਾਂ ਦੀ ਫਸਲ ਅਗਾਈ ਹੋਈ ਆ ਤੇ ਅਰਧ ਸੈਨਿਕ ਫੋਰਸ ਉੱਥੇ ਖੜੇ ਹੈਗੇ ਆ ਔਰ ਸਾਡੇ ਤੇ ਜਿਹੜਾ ਜ਼ਬਰ ਕੀਤਾ ਉਹ ਜ਼ਬਰ ਦੇ ਵਿੱਚ ਐਸਐਲਆਰ ਦੀਆਂ ਗੋਲੀਆਂ ਚਲਾਈਆਂ ਗਈਆਂ 12 ਬੋਰ ਦੀਆਂ ਗੋਲੀਆਂ ਰਬੜ ਦੀਆਂ ਗੋਲੀਆਂ ਦੀਆਂ ਗੋਲੀਆਂ ਹੰਜੂ ਗੈਸ ਤੇ ਜਰੀਲੀਆਂ ਗੈਸਾਂ ਪੁਲਿਸ ਅਰਧ ਸੈਨਿਕ ਫੋਰਸ ਤੇ ਆਰਐਸਐਸ ਦੇ ਗੁੰਡੇ ਬਾਰਡਰਾਂ ਦੇ ਅੰਦਰ ਵੜ ਕੇ ਸਾਡੇ ਟਰੈਕਟਰ ਸਾਡੀਆਂ ਮਸ਼ੀਨਰੀਆਂ ਤੋੜ ਕੇ ਗਏ ਆ ਉਹਦੇ ਵਿੱਚ ਅਸੀਂ ਸ਼ਹੀਦ ਸੁਭਕਰਨ 22 ਸਾਲ ਦਾ ਨੌਜਵਾਨ ਜਿਹਨੂੰ ਮੋਦੀ ਸਰਕਾਰ ਨੇ ਗੋਲੀ ਮਾਰੀ ਉਹ ਸ਼ਹੀਦ ਹੋ ਗਿਆ 450 ਕਿਸਾਨ ਜ਼ਖਮੀ ਹੋਇਆ ਵਾ ਬਹੁਤ ਸਾਰਿਆਂ ਦੀਆਂ ਅੱਖਾਂ ਤੇ ਲੱਤਾਂ ਬਾਹਾਂ ਦਾ ਨੁਕਸਾਨ ਹੋ ਗਿਆ ਵਾ ਇਹ ਕਿਉਂ ਕੀਤਾ ਗਿਆ ਕਿ ਜਿਹੜੀ ਪਿਛਲੇ 10 ਸਾਲਾਂ ਵਿੱਚ ਨਾਗਪੁਰ ਤੋਂ ਦਿਸ਼ਾ ਨਿਰਦੇਸ਼ਿਤ ਨਫ਼ਰਤ ਦੀ ਰਾਜਨੀਤੀ ਹੋ ਰਹੀ ਆ ਉਹਦਾ ਸਭ ਤੋਂ ਵੱਡਾ ਸਬੂਤ ਹਰਿਆਣੇ ਦੇ ਬਾਡਰਾਂ ਤੇ ਮਿਲਿਆ ਹੈਗਾ ਔਰ ਸਾਡਾ ਕਸੂਰ ਕੀ ਸੀਗਾ ਅਸੀਂ ਦੇਸ਼ ਦੀ ਸੱਤਾ ਦੇ ਸਾਹਮਣੇ ਮੋਦੀ ਸਰਕਾਰ ਦੇ ਸਾਹਮਣੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਰੱਖੀ ਹੈ ਕਸੂਰ ਸੀ ਜਾਂ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ ਤੁਸੀਂ ਕਾਰਪੋਰੇਟਾਂ ਦਾ 1457000 ਕਰੋੜ ਦਾ ਕਰਜ਼ਾ ਮਾਫ਼ ਕਰਤਾ ਸਾਡੇ ਬਾਰੇ ਕਿਉਂ ਨਹੀਂ ਹੈਗਾ ਤੁਹਾਡਾ ਵਾਅਦਾ ਵੀ ਸੀ ਅਸੀਂ ਇਹ ਮੰਗ ਰੱਖੀ ਵੀ ਲਖੀਮਪੁਰ ਖੀਰੀ ਦਾ ਜਿਹੜਾ ਕਾਤਲ ਆਜੇ ਮਿਸ਼ਰਾ ਟੈਣੀ ਉਹਨੂੰ ਸਜ਼ਾ ਦਿਓ ਤੁਸੀਂ ਟਿਕਟ ਦੇ ਕੇ ਨਿਵਾਜਤਾ ਇਹ ਸਾਡਾ ਕਸੂਰ ਸੀ ਸਾਡਾ ਇਹ ਕਸੂਰ ਸੀ ਕਿ ਅਸੀਂ ਗਰੀਬ ਮਜ਼ਦੂਰ ਲਈ 200 ਦਿਨ ਰੁਜ਼ਗਾਰ ਮੰਗ ਰਹੇ ਹਾਂ 700 ਦਿਹਾੜੀ ਮੰਗ ਰਿਆ ਤਾਂ ਸਾਡੇ ਤੇ ਜ਼ੁਲਮ ਕੀਤੇ ਗਏ ਭਰਾਵੋ ਵੋਟਾਂ ਜਿੱਥੇ ਮਰਜ਼ੀ ਪਾਇਓ ਪਰ ਦੇਸ਼ ਵਿੱਚ ਨਫ਼ਰਤ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਜ ਜਿਹੜੀ ਨਫ਼ਰਤ ਦੀ ਰਾਜਨੀਤੀ ਕਰ ਰਹੇ ਯਾਰ ਪੰਜਾਬ ਵਿੱਚ ਸੰਤ ਧਮਕੀਆਂ ਦੇ ਰਹੇ ਆ ਕਹਿੰਦੇ ਇੱਕ ਜੂਨ ਨੰਗ ਲੈੰਦੋ ਤੁਹਾਡੇ ਨਾ ਵੇਖਾਂਗੇ ਕਹਿੰਦੇ ਤੁਹਾਨੂੰ ਡਿਬੜੂ ਘਰ ਭੇਜ ਦਾਂਗੇ ਇਹ ਇਹ ਦਾਬੇ ਠੋਕਰੇ ਸਾਡੇ ਖਿਲਾਫ ਤੁਸੀਂ ਦੇਖ ਲਓ ਔਰ ਯਾਦ ਰੱਖਿਓ 110 ਦਿਨ ਤੋਂ ਦੇਸ਼ ਦਾ ਕਿਸਾਨ ਮਜ਼ਦੂਰ ਤਕਰੀਬਨ ਤਕਰੀਬਨ ਇਹ ਵਲੇ 46 47 ਡਿਗਰੀ ਟੈਂਪਰੇਚਰ ਵਿੱਚ ਉੱਥੇ ਤੁਹਾਡੇ ਲਈ ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰ ਰਿਹਾ ਹੈਗਾ ਮੈਂ ਪੰਜਾਬ ਦੇ ਵਪਾਰੀਆਂ ਨੂੰ ਯਾਦ ਕਰਾਉਂਗਾ ਵੀ ਕਰੋਨਾ ਕਾਲ ਦੇ ਵਿੱਚ ਜਦੋਂ ਵਪਾਰ ਸਾਰਾ ਖਤਮ ਕਰ ਦਿੱਤਾ ਗਿਆ ਅਜੇ ਤੱਕ ਤੁਹਾਨੂੰ ਤੇਲਾ ਨਹੀਂ ਦਿੱਤਾ ਗਿਆ ਇਹ ਅਜਾੜਾ ਯਾਦ ਰੱਖਿਓ ਕਿੰਨਾ ਨੇ ਕੀਤਾ ਸੀ ਪਰਵਾਸੀ ਮਜ਼ਦੂਰ ਜਦੋਂ ਪੰਜਾਬ ਚੋਂ ਜਾ ਰਹੇ ਸੀ ਜਿਵੇਂ ਹਰਿਆਣੇ ਦੇ ਬਾਰਡਰ ਤੇ ਉਹਨਾਂ ਨੂੰ ਪੁਲਿਸ ਨੇ ਡਾਂਗ ਫੇਰ ਕੇ ਪਸ਼ੂਵਾ ਮੰਗ ਪੰਜਾਬ ਚ ਧੱਕਿਆ ਸੀ ਇਹ ਗੱਲ ਵੀ ਯਾਦ ਰੱਖਿਓ ਅਸੀਂ ਚਾਹੁੰਨੇ ਆ ਵੀ ਜਿਹੜਾ ਦੇਸ਼ ਦੇ ਵਿੱਚ ਕਾਰਪੋਰੇਟ ਘਰਾਣੇ ਖੇਤੀ ਨੀਤੀ ਰਜਗਾਰ ਖੋਨ ਦੀ ਨੀਤੀ ਬਣਾ ਰਹੇ ਉਹ ਨੀਤੀ ਖਤਮ ਹੋਣੀ ਚਾਹੀਦੀ ਆ ਖੇਤੀ ਸੈਕਟਰ ਸਾਡੀ ਮੰਡੀ ਕਾਰਪੋਰੇਟਾ ਦੇ ਹਵਾਲੇ ਜਿਹੜੇ ਕਰਨ ਜਾ ਰਹੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਇੱਥੋਂ ਤੱਕ ਕਿ ਜਿਹੜੇ ਆਪਣੀਆਂ ਵੋਟਾਂ ਵਾਸਤੇ ਹਿੰਦੂਆਂ ਸਿੱਖਾਂ ਦੀ ਭਾਈਚਾਰਕ ਸਾਂਝ 'ਚ ਪਾੜਾ ਪਾ ਰਹੇ ਆ ਉਹਨਾਂ ਨੂੰ ਧਿਆਨ 'ਚ ਰੱਖਿਓ ਜਿਹੜੇ ਦਲਤਾਂ ਸਵਰਨਾ ਨੂੰ ਆਪੋ ਚੋ ਦੀ ਲੜਾਉਣ ਬਾਰੇ ਸੋਚ ਰਹੇ ਆ ਉਹਨਾਂ ਬਾਰੇ ਧਿਆਨ 'ਚ ਰੱਖਿਓ ਵੋਟਾਂ ਜਿੱਥੇ ਮਰਜ਼ੀ ਪਾਇਓ 2 ਜੂਨ ਨੂੰ ਪੰਜਾਬ ਦੇ ਵਿੱਚੋਂ ਉੱਤਰ ਭਾਰਤ ਦੇ ਰਾਜਾਂ ਤੋਂ ਵੱਡੇ ਜਥੇ ਸ਼ੰਭੂ ਖਨੌਰੀ ਤੇ ਹੋਰ ਨਾ ਬਾਰਡਰਾਂ ਨੂੰ ਜਾਣਗੇ ਟ੍ਰੈਕਟਰ ਟਰਾਲੀਆਂ ਲੈ ਕੇ ਵੱਧ ਤੋਂ ਵੱਧ ਜੜਾ ਵਾ ਉਹਦੇ ਵਿੱਚ ਸਹਿਯੋਗ ਦਿਓ ਧੰਨਵਾਦ